ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚ ਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਅਕਾਲ ਆਪ ਵੇਖ ਰਹੇ ਹੋ ਅਕਾਲ ਚੈਨਲ ਅਕਾਲ ਚੈਨਲ ਦੇ ਉੱਪਰ ਹਫ਼ਤਾਵਾਰੀ ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਨਜ਼ਰ ਮਾਰਾਂਗੇ ਆਪਾਂ ਇਸ ਹਫ਼ਤੇ ਦੀਆਂ ਖਬਰਾਂ ਦੇ ਉੱਪਰ ਖਾਸ ਕਰ ਜਿਹੜੀਆਂ ਖਬਰਾਂ ਭਾਰਤੀ ਸਿਆਸਤ ਦੇ ਨਾਲ ਸੰਬੰਧਿਤ ਹੋਣ ਅਤੇ ਸ਼ੁਰੂ ਕਰਦੇ ਹਾਂ ਆਪਾਂ ਬ੍ਰਿਟੇਨ ਤੋਂ ਬ੍ਰਿਟੇਨ ਦੇ ਵਿੱਚ ਵੀ ਥਰੀਸਾ ਮੇ ਦੀ ਜਿਹੜੀ ਪਾਰਟੀ ਹੈ ਟੋਰੀ ਪਾਰਟੀ ਉਸਦੇ ਐਮ ਪੀਜ਼ ਨੇ ਉਸਦੇ ਉੱਪਰ ਦਬਾਅ ਪਾਇਆ ਹੋਏ ਵੀ ਸਾਨੂੰ ਤੂੰ ਦੱਸ ਜਿਹੜੀ ਡਾਊਨਿੰਗ ਸਟਰੀਟ ਆ ਕਦੋਂ ਖਾਲੀ ਕਰੇਗੀ ਇਹ ਕਾਫੀ ਦਬਾਅ ਜਿਹੜਾ ਆ ਥਰੀਸਾ ਮੇ ਦੇ ਉੱਪਰ ਪੈ ਰਿਹਾ ਹੈਗਾ ਅਤੇ ਜਿਹੜੇ ਬੈਕ ਬੈਂਚਿਸ ਐਮ ਪੀਜ਼ ਨੇ ਉਹ 1922 ਕਮੇਟੀ ਜੋ ਟੋਰੀ ਪਾਰਟੀ ਦੀ ਹੈ ਜਿਹੜੀ ਕਿ ਟੋਰੀ ਪਾਰਟੀ ਸੰਬੰਧ ਸਾਰੇ ਫੈਸਲੇ ਕਰਦੀ ਹੈ ਉਸ ਨੂੰ ਵੀ ਮਿਲ ਰਹੇ ਆ ਵੀ ਇਸ ਪ੍ਰਧਾਨ ਮੰਤਰੀ ਨੂੰ ਕਹੋ ਵੀ ਅਸਤੀਫਾ ਦੇਵੇ ਤਾਂ ਕਿਸੇ ਨਵੇਂ ਹੋਰ ਜਿਹੜਾ ਉਮੀਦਵਾਰ ਆ ਟੋਰੀ ਪਾਰਟੀ ਦਾ ਉਹ ਪ੍ਰਧਾਨ ਮੰਤਰੀ ਬਣੇ ਪਰ ਜੋ ਨਿਯਮ ਹੈ ਨਿਯਮ ਦੇ ਮੁਤਾਬਕ ਟੋਰੀ ਪਾਰਟੀ ਵਾਲੇ ਜੋ ਐਮ ਪੀਜ਼ ਨੇ ਉਹ ਥਰੀਸਾ ਮੇ ਨੂੰ ਦਸੰਬਰ ਤੱਕ ਚੈਲੇਂਜ ਨਹੀਂ ਕਰ ਸਕਦੇ ਕਿਉਂਕਿ ਉਹ ਪਹਿਲਾਂ ਵੀ ਇਸ ਨੂੰ ਚੈਲੇਂਜ ਕੀਤਾ ਗਿਆ ਸੀ ਤਾਂ ਇਸ ਨੂੰ ਬਹੁਮਤ ਮਿਲਿਆ ਸੀ ਅਤੇ ਇਹ ਪ੍ਰਧਾਨ ਮੰਤਰੀ ਜਿਹੜੀ ਆ ਉਸਦੇ ਨਾਲ ਬਣੀ ਰਹੀ ਸੀ ਥਰੀਸਾ ਮੇ ਨੇ ਜਵਾਬ ਦਿੱਤਾ ਹੈ ਇਹਨਾਂ ਐਮ ਪੀਜ਼ ਨੂੰ ਵੀ ਦੇਖਦੇ ਹਾਂ ਕਿ ਬ੍ਰੈਕਸਿਟ ਦਾ ਜਿਹੜਾ ਮਸਲਾ ਪਹਿਲਾਂ ਕਿਸ ਤਰ੍ਹਾਂ ਜਿਹੜਾ ਉਹ ਹੱਲ ਹੁੰਦਾ ਹੈਗਾ ਉਸਦੀ ਜਿਹੜੀ ਜੂਨ ਆ 3 ਜੂਨ ਨੂੰ ਉਸਦਾ ਜਿਹੜੀ ਆ ਤਰੀਕ ਹੈਗੀ ਆ ਜਿਸ ਦੇ ਉੱਪਰ ਵੋਟਾਂ ਪੈਣੀਆਂ ਹੈਗੀਆਂ ਦੁਬਾਰਾ ਬ੍ਰੈਕਸਿਟ ਮਸਲੇ ਦੇ ਉੱਪਰ ਭਾਵੇਂ 3 ਵਾਰੀ ਇਹ ਹਾਰ ਚੁੱਕੀ ਹੈਗੀ ਆ ਆਪਣੇ ਥਰੀਸਾ ਮੇ ਇਸ ਦੇ ਉੱਪਰ ਪਰ ਇਹ ਜਿਹੜੀਆਂ ਜੂਨ 'ਚ ਵੋਟਾਂ ਪੈਣੀਆਂ ਨੇ ਉਸ ਤੋਂ ਪਤਾ ਲੱਗੇਗਾ ਕਿ ਗੱਡੀ ਜਿਹੜੀ ਅੱਗੇ ਤੁਰਦੀ ਹੈ ਕਿ ਨਹੀਂ ਤੁਰਦੀ ਹੈ ਸੋ ਇਹ ਜਿਹੜਾ ਹਾਲੇ ਰਾਮ ਰੌਲਾ ਹੀ ਹੈ ਰੈਫਰੈਂਡਮ ਹੋਣਾ ਹੈ ਕਿ ਨਹੀਂ ਹੋਣਾ ਕੀ ਦੁਬਾਰਾ ਚੋਣਾਂ ਹੋਣੀਆਂ ਨੇ ਇਸ ਬਾਰੇ ਜਿਹੜੀ ਗੱਲ ਜੂਨ ਤੋਂ ਜਿਹੜੀ ਆ ਬਾਅਦ ਹੀ ਸਾਰਾ ਕੁਛ ਜਿਹੜਾ ਉਹ ਪਤਾ ਲੱਗੇਗਾ ਅਤੇ ਇਸ ਤੋਂ ਬਾਅਦ ਇੱਕ ਇੰਗਲੈਂਡ ਦੇ ਵਿੱਚ ਨਵੇਂ ਕਾਨੂੰਨ ਦੇ ਸੁਧਾਰ ਹੋ ਰਿਹਾ ਉਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਹਿਸ ਵੀ ਹੋਈ ਆ ਖਾਸ ਕਰ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ ਕਿ ਇਸਲਾਮੋਫੋਬੀਆ ਜਿਹੜਾ ਹੈ ਕਿਉਂਕਿ ਬਹੁਤ ਸਾਰੇ ਮੁਸਲਿਮ ਭਾਈਚਾਰੇ ਦੇ ਉੱਪਰ ਮਸਜਿਦਾਂ 'ਤੇ ਵੀ ਅਟੈਕ ਹੁੰਦੇ ਨੇ ਅਤੇ ਇਹਨਾਂ ਦੇ ਖਿਲਾਫ ਬਹੁਤ ਸਾਰੀ ਹੇਟ ਲੈਂਗੁਏਜ ਵੀ ਜਿਹੜੇ ਆ ਕੁਛ ਲੋਕ ਬੋਲਦੇ ਨੇ ਤਾਂ ਇਸ ਨੂੰ ਕਾਬੂ ਕਰਨ ਵਾਸਤੇ ਲੇਬਰ ਪਾਰਟੀ ਦੇ ਐਮ ਪੀਜ਼ ਕੁਛ ਟੋਰੀ ਜਾਂ ਲਿਬਰਲ ਇਹਨਾਂ ਨੇ ਕਿਹਾ ਸੀ ਸਰਕਾਰ ਨੂੰ ਵੀ ਇਸ ਦੇ ਉੱਪਰ ਕੋਈ ਸੁਧਾਰ ਲਿਆ ਕੇ ਕਾਨੂੰਨ ਬਣਾਇਆ ਜਾਵੇ ਵੀ ਜਿਹੜਾ ਕੋਈ ਵੀ ਇਹੋ ਜਿਹੀ ਲੈਂਗੁਏਜ ਵਰਤਦਾ ਹੈਗਾ ਉਹਨਾਂ ਦੇ ਉੱਪਰ ਜਿਹੜੀ ਆ ਕਾਨੂੰਨੀ ਕਾਰਵਾਈ ਹੋਵੇ ਇਸ ਨੂੰ ਨਸਲੀ ਕਾਨੂੰਨ ਜਿਹੜਾ ਆ ਰੇਸਲਾ ਉਸਦੇ ਅੰਦਰ ਲਿਆਂਦਾ ਜਾਵੇ ਤਾਂ ਕਿ ਜਿਹੜੇ ਲੋਕ ਇਹੋ ਜਿਹੀ ਸ਼ਬਦਾਵਲੀ ਵਰਤਦੇ ਨੇ ਉਹਨਾਂ ਨੂੰ ਕੁਛ ਨਾ ਕੁਛ ਸਜ਼ਾ ਦਿੱਤੀ ਜਾਵੇ ਪਰ ਇਸ ਦੇ ਉੱਪਰ ਜੋ ਟੈਰਰ ਪੁਲਿਸ ਦਾ ਵਿੰਗ ਹੈ ਉਹਨਾਂ ਦਾ ਆਖਣਾ ਕਿ ਸਰਕਾਰ ਨੂੰ ਸੋਚ ਸਮਝ ਕੇ ਜਿਹੜਾ ਆ ਉਹ ਫੈਸਲਾ ਲੈਣਾ ਚਾਹੀਦਾ ਹੈ ਕੋਈ ਅਜਿਹਾ ਕਾਨੂੰਨ ਨਹੀਂ ਬਣਾਉਣਾ ਚਾਹੀਦਾ ਜਿਸ ਦੇ ਨਾਲ ਜਿਹੜਾ ਆ ਇਹ ਵੱਖਵਾਦ ਹੋ ਜਾਵੇ ਥੋੜ੍ਹਾ ਜਿਹਾ ਅਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਡਰ ਹੈ ਕਿ ਨਸਲੀ ਹਮਲੇ ਵੀ ਜਿਹੜੇ ਆ ਉਹ ਵੱਧ ਸਕਦੇ ਨੇ ਸ਼੍ਰੀਲੰਕਾ ਵਿੱਚ ਵੀ ਆਪਾਂ ਨੂੰ ਪਤਾ ਕਿ ਈਸਟਰ 'ਤੇ ਚਰਚਾਂ ਦੇ ਵਿੱਚ ਉਦੋਂ ਬੰਬ ਚੱਲੇ ਸੀ ਉਸ ਤੋਂ ਬਾਅਦ ਕਾਫੀ ਸ਼੍ਰੀਲੰਕਾ ਦੇ ਵਿੱਚ ਵੀ ਜਿਹੜੀ ਆ ਟੈਂਸ਼ਨ ਮੁਸਲਿਮ ਭਾਈਚਾਰੇ ਦਾ ਉੱਥੇ ਦੇ ਭਾਈਚਾਰੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕੱਲ੍ਹ ਕੁਛ ਪਸਾਦ ਵੀ ਹੋਏ ਨੇ ਜਿਸ ਦੇ ਵਿੱਚ ਕੁਛ ਮੌਤਾਂ ਵੀ ਹੋਈਆਂ ਹੈਗੀਆਂ ਅਤੇ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਬੜਾ ਇੱਕ ਫਰਮਾਨ ਜਾਰੀ ਕੀਤਾ ਹੈ ਕਿ ਉਸਨੂੰ ਜੋ ਬਾਹਰਲੇ ਦੇਸ਼ਾਂ ਦੀ ਜੋ ਵਿਵਸਥਾ ਹੈ ਟੈਲੀਕਮਿਊਨੀਕੇਸ਼ਨ ਦੀ ਜਾਂ ਕੰਪਿਊਟਰ ਉਸਦੇ ਉੱਪਰ ਕੋਈ ਵਿਸ਼ਵਾਸ ਨਹੀਂ ਹੈ ਅਤੇ ਅਮਰੀਕਾ ਦੇ ਵਿੱਚ ਹੁਣ ਜਿੰਨੇ ਟੈਲੀਫੋਨ ਸੈੱਟ ਆ ਜਾਂ ਹੋਰ ਕੁਛ ਆ ਉਹ ਸਿਰਫ ਅਤੇ ਸਿਰਫ ਜਿਹੜੇ ਅਮਰੀਕਾ ਵਿੱਚ ਬਣੇ ਹੋਣਗੇ ਉਹੀ ਵਰਤੇ ਜਾਣਗੇ ਖਾਸ ਕਰ ਕਿਉਂਕਿ ਚਾਈਨਾ ਦੀ ਇੱਕ ਵੱਡੀ ਕੰਪਨੀ ਸੀ ਜਿਹੜੀ ਉੱਥੇ ਇਹ ਡੀਲ ਕਰਦੀ ਸੀ ਸਾਰੇ ਟੈਲੀਫੋਨਾਂ ਵਾਸਤੇ ਫੈਕਸ ਜਾਂ ਹੋਰ ਉਸ ਦੇ ਉੱਪਰ ਉਸਨੇ ਕਿਹਾ ਕਿ ਉਹ ਬਿਲਕੁਲ ਇੱਥੇ ਅਮਰੀਕਾ ਦੇ ਵਿੱਚ ਨਹੀਂ ਵਰਤੇ ਜਾਣਗੇ ਕਿਉਂਕਿ ਚਾਈਨਾ ਅਤੇ ਅਮਰੀਕਾ ਦਾ ਵੀ ਜਿਹੜਾ ਆ ਆਪਸੀ ਟਕਰਾਓ ਚੱਲ ਰਿਹਾ ਹੈਗਾ ਟ੍ਰੇਡਸ ਦੇ ਉੱਪਰ ਇੱਕ ਦੂਜੇ ਦੀਆਂ ਵਸਤਾਂ ਦੇ ਉੱਪਰ ਕਾਫੀ ਜਿਹੜਾ ਉਹ ਇਹ ਜਿਹੜਾ ਟੈਕਸ ਜਿਹੜਾ ਆ ਉਹ ਲਾ ਰਹੇ ਹੈਗੇ ਆ ਅਤੇ ਅੱਗੇ ਹੁਣ ਆਪਾਂ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਚੋਣਾਂ ਨੇ ਅਤੇ ਇਹ ਚੋਣਾਂ ਹੁਣ ਆਪਣੇ ਆਖਰੀ ਪੜਾਅ 'ਤੇ ਪਹੁੰਚੀਆਂ ਹੋਈਆਂ ਨੇ ਦੁਨੀਆ ਦਾ ਇੱਕ ਵੱਡਾ ਲੋਕਤੰਤਰ ਹੈ ਇੰਡੀਆ ਜਿਸ ਦੇ ਵਿੱਚ ਜੇ ਸਾਰਾ ਯੂਰਪ ਕਰ ਲਓ ਇਕੱਠਾ ਇਸ ਦੇ ਨਾਲ ਦੁੱਗਣੀ ਤਾਂ ਇੰਡੀਆ ਦੀ ਵੋਟ ਹੀ ਹੈ ਇੰਡੀਆ ਦੀ ਆਬਾਦੀ ਇਤਨੀ ਹੈਗੀ ਆ ਔਰ ਇਹ 7 ਪੜਾਵਾਂ ਦੇ ਵਿੱਚ ਟੋਟਲ ਜਿਹੜੀਆਂ ਵੋਟਾਂ ਇੰਡੀਆ ਦੀਆਂ ਪੈ ਰਹੀਆਂ ਨੇ 6 ਹੋ ਚੁੱਕੇ ਨੇ ਤਾਂ ਇੱਕ ਪੜਾਅ ਜਿਹੜਾ ਆ ਇਸ ਸ਼ਨਿਚਰਵਾਰ ਨੂੰ ਜਿਹੜਾ 19 ਮਈ ਨੂੰ ਜਿਹੜਾ ਖਤਮ ਹੈਗਾ ਔਰ ਇਹਨਾਂ ਚੋਣਾਂ ਦੇ ਉੱਪਰ
ਬਾਹਰਲੇ ਦੇਸ਼ਾਂ ਦੀ ਬੜੀ ਨਿਗਾਹ ਹੈ ਵੀ ਐਡਾ ਵੱਡਾ ਲੋਕਤੰਤਰ ਕਿਵੇਂ ਕਾਮਯਾਬ ਹੋ ਰਿਹਾ ਵੀ 70-80% ਲੋਕ ਜਿਹੜੇ ਆ ਕੇ ਵੋਟਾਂ ਪਾ ਰਹੇ ਨੇ ਔਰ ਵੋਟਾਂ ਵੀ EVM ਮਸ਼ੀਨਾਂ ਦੇ ਨਾਲ ਜਿਹੜੀਆਂ ਪੈ ਰਹੀਆਂ 18 ਦੇਸ਼ਾਂ ਤੋਂ ਵੱਧ ਜਿਹੜੇ ਲੋਕ ਨੇ ਨੁਮਾਇੰਦੇ ਨੇ ਵੱਖ ਵੱਖ ਦੇਸ਼ਾਂ ਦੇ ਸਰਕਾਰਾਂ ਦੇ ਉਹ ਇੰਡੀਆ ਦੇ ਵਿੱਚ ਜਾ ਕੇ ਡੇਰੇ ਲਾਈ ਬੈਠੇ ਨੇ ਔਰ ਉਹ ਪੋਲਿੰਗ ਬੂਥਾਂ 'ਤੇ ਜਾਂਦੇ ਨੇ ਦੇਖ ਰਹੇ ਨੇ ਵੀ ਲੋਕ ਕਿੰਨੇ ਉਤਸ਼ਾਹ ਨਾਲ ਵੋਟ ਪਾਉਂਦੇ ਨੇ ਕਿਉਂਕਿ ਜੇ ਬ੍ਰਿਟੇਨ ਦੇਖੀਏ ਬ੍ਰਿਟੇਨ ਦੇ ਵਿੱਚ ਮਸੀ ਵੋਟਾਂ 40-35-50% ਤੋਂ ਟੱਪਦੀਆਂ ਨੇਗੀਆਂ ਇਹਨਾਂ ਦੇਸ਼ਾਂ ਨੂੰ ਇਹ ਖਤਰਾ ਹੈ ਕਿ ਸਾਡੇ ਲੋਕ ਜਿਹੜੇ ਆ ਉਹ ਲੋਕਤੰਤਰ ਵੱਲ ਕਿਉਂ ਨਹੀਂ ਵਿਸ਼ਵਾਸ ਕਰ ਰਹੇ ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਲੀਡਰ ਆ ਉਹਨਾਂ ਦੇ ਉੱਪਰ ਵਿਸ਼ਵਾਸ ਨਹੀਂ ਇਸ ਕਰਕੇ ਵੋਟਾਂ ਨਹੀਂ ਪਾਉਂਦੇ ਇਹਨਾਂ ਦੇਸ਼ਾਂ ਵਿੱਚ ਕੀਨੀਆ ਹੈ ਮਿਆਂਮਾਰ ਹੈ ਕੰਬੋਡੀਆ ਹੈ ਮਲੇਸ਼ੀਆ ਹੈ ਬੰਗਲਾਦੇਸ਼ ਹੈ ਮੈਕਸੀਕੋ ਹੈ ਸੋ ਬਹੁਤ ਸਾਰੇ ਦੇਸ਼ ਨੇ ਉਹ ਉੱਥੇ ਜਿਹੜੇ ਬੈਠੇ ਰਹੇ ਨੇ ਅਤੇ ਆਪਣੀ ਰਿਪੋਰਟ ਵੀ ਤਿਆਰ ਕਰ ਰਹੇ ਕਿ ਵਾਕਿਆ ਹੀ ਜਿਹੜੀ ਇਲੈਕਸ਼ਨ ਆ ਚੋਣ ਕਮਿਸ਼ਨਰ ਉੱਥੇ ਸਹੀ ਤਰੀਕੇ ਨਾਲ ਕਰਾ ਵੀ ਰਿਹਾ ਕਿ ਨਹੀਂ ਕਰਾ ਰਿਹਾ ਅਤੇ ਇਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਹੈ ਉਹ ਇੱਕ ਦੂਜੇ ਦੇ ਖਿਲਾਫ਼ ਉੱਥੇ ਭੜਾਸ ਕੱਢ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਇਆ ਹੁਸ਼ਿਆਰਪੁਰ ਵੀ ਆਇਆ ਸੀ ਅਤੇ ਬਠਿੰਡੇ ਵੀ ਉਹ ਗੇੜੀ ਉਸਨੇ ਮਾਰੀ ਹੈ ਲੁਧਿਆਣੇ ਵੀ ਆਉਣਾ ਸੀ ਪਰ ਉਸਨੂੰ ਦੱਸਦੇ ਆ ਵੀ ਕੱਲ੍ਹ ਨੂੰ ਉੱਥੇ ਜਿਹੜੀ ਆ ਪਲੈਨਿੰਗ ਆਪਣੇ ਪਰਮਿਸ਼ਨ ਨਹੀਂ ਮਿਲੀ ਰੈਲੀ ਕਰਨ ਦੀ BJP ਪਾਰਟੀ ਨੂੰ ਲੁਧਿਆਣੇ ਦੇ ਵਿੱਚ ਇਸ 'ਤੇ ਕਾਫ਼ੀ ਜਿਹੜੀ ਤਲਖੀ ਵਧੀ ਹੋਈ ਹੈਗੀ ਆ ਪੰਜਾਬ ਦੇ ਵਿੱਚ ਮੋਦੀ ਨੇ ਆਖਿਆ ਕਿ 5 ਸਾਲ ਦੇ ਵਿੱਚ ਮੇਰੇ ਲੋਕ ਨਾਲ ਜੋੜੇ ਵੀ ਬਹੁਤ ਨੇ ਅਤੇ ਲੋਕਾਂ ਨੇ ਮੇਰੇ ਨਾਲ ਵਿਰੋਧ ਵੀ ਮੇਰਾ ਬਹੁਤ ਕੀਤਾ ਹੈ ਖਾਸ ਕਰ ਉਸਨੇ ਆਖਿਆ ਕਿ ਦੋ ਮੁੱਦੇ ਸ਼ਾਇਰ ਹੈ ਇੱਕ ਨੋਟਬੰਦੀ ਅਤੇ ਇੱਕ GST ਜਿਹੜਾ ਟੈਕਸ ਹੈਗਾ ਇਸ ਦੇ ਨਾਲ ਦੋਵਾਂ ਦੇ ਨਾਲ ਉਸਨੇ ਆਖਿਆ ਕਿ ਜਿਹੜੇ ਲੋਕ ਕਾਲਾ ਧਨ ਰੱਖੀ ਬੈਠੇ ਸਨ ਜਾਂ ਕਰਪਸ਼ਨ ਕਰਦੇ ਸਨ ਜਾਂ ਜਿਹੜੇ ਬੋਗਸ ਕੰਪਨੀਆਂ ਚਲਾਉਂਦੇ ਸਨ ਉਹਨਾਂ ਲੋਕਾਂ ਨੂੰ ਇਸ ਦਾ ਬਹੁਤ ਸੇਕ ਲੱਗਾ ਅਤੇ ਉਹੀ ਜਿਹੜੇ ਲੋਕ ਆ ਇਸ ਦੇ ਉੱਪਰ ਰੌਲਾ ਪਾ ਰਹੇ ਨੇ ਪਿਛਲੇ 3 ਸਾਲ ਦੇ ਵਿੱਚ 3.5 ਲੱਖ ਜਿਹੜੀਆਂ ਫਰਜ਼ੀ ਕੰਪਨੀਆਂ ਪੈਸੇ ਲੈ ਕੇ ਬੈਂਕਰਪਸੀਆਂ ਕਰਨ ਵਾਲੀਆਂ ਜਾਂ ਇੱਕ ਦੂਜੇ ਦੇ ਨਾਲ ਗਲਤ ਜਿਹੜਾ ਆ ਲੈਣ ਦੇਣ ਉਹ ਜਿਹੜੀਆਂ ਉਸਨੇ ਆਖਿਆ ਕਿ ਬੰਦ ਹੋਈਆਂ ਹੈਗੀਆਂ ਪਿਛਲੇ 2.5-3 ਸਾਲ ਦੇ ਵਿੱਚ ਅਤੇ ਨਾਲ ਹੀ ਉਸਨੇ ਆਖਿਆ ਕਿ 1.38 ਲੱਖ ਕਰੋੜ ਦੀਆਂ ਜਿਹੜੀਆਂ ਅਣਐਲਾਨੀਆਂ ਜਾਇਦਾਦਾਂ ਖਾਸ ਕਰ ਜਿਹੜੇ ਲੀਡਰ ਲੋਕ ਨੇ ਪਾਰਟੀਆਂ ਦੇ ਜਾਂ ਪੈਸਾ ਕਾਲਾ ਪੈਸਾ ਕਮਾਉਂਦੇ ਨੇ ਉਹ ਆਪਣੇ ਪੈਸੇ ਦੇ ਨਾਲ ਕਿਸੇ ਦੇ ਨਾਂ 'ਤੇ ਜਾਇਦਾਦ ਲੈ ਦਿੰਦੇ ਆ ਪਰ ਕਬਜ਼ਾ ਆਪ ਕਰੀ ਬੈਠੇ ਹੁੰਦੇ ਨੇ ਅਤੇ ਮਾਲਕ ਦਾ ਨਹੀਂ ਪਤਾ ਹੁੰਦਾ ਉਹ ਜਿਹੜੀਆਂ ਪ੍ਰੋਪਰਟੀਆਂ ਉਹ ਵੀ ਸਰਕਾਰ ਨੇ ਆਪਣੇ ਕਬਜ਼ਿਆਂ ਦੇ ਵਿੱਚ ਜਿਹੜੀਆਂ ਕੀਤੀਆਂ ਹੈਗੀਆਂ ਉਸਨੇ ਆਖਿਆ ਕਿ 2013-14 ਦੇ ਵਿੱਚ ਇੰਡੀਆ ਦੇ ਵਿੱਚ 3.8 ਕਰੋੜ ਜਿਹੜੇ ਲੋਕ ਉਹ ਟੈਕਸ ਭਰਦੇ ਸਨ ਅਤੇ ਇਸ ਵੇਲੇ GST ਦਾ ਅਤੇ ਰੁਪਈਆ ਬੰਦ ਹੋਣ ਦਾ ਮਤਲਬ ਇਹ ਹੋਇਆ ਕਿ ਲੋਕ ਵਪਾਰ ਕਰਨਾ ਸਿੱਖ ਗਏ ਨੇ ਬਈ ਚੋਰ ਬਜ਼ਾਰੀ ਨਾ ਕਰੀਏ ਸਰਕਾਰ ਨੂੰ ਵੀ ਟੈਕਸ ਦੇਈਏ ਇੰਗਲੈਂਡ ਦੀ ਜਿੰਨੀ ਆਬਾਦੀ ਹੈ ਟੋਟਲ 7 ਕਰੋੜ ਦੇ ਕਰੀਬ 8 ਦੇ ਅਤੇ ਇੰਨੇ ਹੁਣ ਇੰਡੀਆ ਦੇ ਵਿੱਚ 6.8 ਲੋਕ ਕਰੋੜ ਜਿਹੜੇ ਆ ਉਹ ਇੰਡੀਆ ਦੇ ਵਿੱਚ ਇਨਕਮ ਟੈਕਸ ਜਿਹੜਾ ਇਸ ਵੇਲੇ ਦੇਣ ਲੱਗ ਪਏ ਨੇ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਪੰਜਾਬ ਗੇੜੀ ਦੇ ਵਿੱਚ ਵੀ ਕਾਫ਼ੀ ਕਾਂਗਰਸ ਨੂੰ ਹੱਥੀਂ ਲਿਆ ਹੈਗਾ ਉਸਨੇ ਆਖਿਆ ਕਿ 1984 ਦਾ ਜੋ ਮੁੱਦਾ ਹੈ ਉੱਥੋਂ ਲਾ ਕੇ 2014 ਤੱਕ ਇਸ ਕਾਂਗਰਸ ਸਰਕਾਰ ਰਹੀ ਹੈ ਕੁਛ ਸਮਾਂ BJP ਦੀ ਛੱਡ ਕੇ ਇਹਨਾਂ ਲੋਕਾਂ 'ਚ ਹਿੰਮਤ ਨਹੀਂ ਪਈ ਕਿ ਜਿਹਨਾਂ ਲੋਕਾਂ ਨੇ 1984 ਦੇ ਵਿੱਚ ਦਿੱਲੀ ਦੇ ਵਿੱਚ ਜਾਂ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਸਿੱਟ ਦਿੱਤਾ ਜਾਵੇ ਉਸਨੇ ਆਖਿਆ ਕਿ ਮੇਰੀ ਸਰਕਾਰ ਆਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਅਤੇ ਸੱਜਣ ਕੁਮਾਰ ਅੱਜ ਜੇਲ੍ਹ 'ਚ ਬੈਠਾ ਹੈ ਕੁਛ ਲੋਕਾਂ ਨੂੰ ਫਾਂਸੀ ਹੋਈ ਹੈ ਔਰ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਬਾਹਰ ਆ ਉਹਨਾਂ ਨੂੰ ਵੀ ਜ਼ਰੂਰ ਸਜ਼ਾਵਾਂ ਦਿੱਤੀਆਂ ਜਾਣਗੇ ਵੱਡੀ ਗੱਲ ਹੁਣ ਕਰਤਾਰਪੁਰ ਦੀ ਆਖੀ ਹੈ ਕਿ ਜਵਾਹਰ ਲਾਲ ਨਹਿਰੂ ਅਤੇ ਇਸ ਕਾਂਗਰਸ ਪਾਰਟੀ ਨੇ ਕੁਰਸੀ ਲੈਣ ਦੀ ਖਾਤਰ ਜਦੋਂ ਵੰਡ ਵੰਡਾਈਆ ਹੋਇਆ ਉਦੋਂ ਇਹ ਨਹੀਂ ਦੇਖਿਆ ਕਿ ਕਰਤਾਰਪੁਰ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਵਾਸ ਹੈ ਜੋ ਉੱਥੇ ਸਥਾਨ ਹੈ ਉਸ ਨੂੰ ਭਾਰਤ ਵਿੱਚ ਰੱਖ ਲਈਏ ਸਿਰਫ 3-4 ਕਿਲੋਮੀਟਰ ਦਾ ਉਸਨੇ ਆਖਿਆ ਕਿ ਬਾਰਡਰ ਤੋਂ ਫਰਕ ਹੈ ਜੇ ਸਹੀ ਵੰਡ ਹੁੰਦੀ ਤਾਂ ਕਰਤਾਰਪੁਰ ਜਿਹੜਾ ਉਹ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਭਾਰਤੀ ਪੰਜਾਬ ਦੇ ਵਿੱਚ ਹੋਣਾ ਸੀ ਉਸਨੇ ਸਿੱਖ ਵੋਟ ਆ ਜਿਹੜੀ ਆ ਇਹ ਕਹਿ ਕੇ ਆਪਣੇ ਵੱਲ ਜਿਹੜੀ ਆ ਖਿੱਚਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਅਤੇ ਨਾਲੇ ਉਹਨੇ ਆਖਿਆ ਕਿ ਫੌਜੀਆਂ ਦੇ ਨਾਮ ਦੇ ਉੱਪਰ ਜੋ ਵਿਰੋਧੀ ਦੋਸ਼ ਉਸ 'ਤੇ ਲਾਉਂਦੇ ਨੇ ਉਹ ਕਹਿੰਦਾ ਕਿ ਫੌਜੀਆਂ ਦੇ ਨਾਂ 'ਤੇ ਸਿਆਸਤ ਹੋ ਰਹੀ ਉਹ ਕਹਿੰਦਾ ਫੌਜੀਆਂ ਦੇ ਨਾਂ 'ਤੇ ਸਿਆਸਤ ਨਹੀਂ ਹੋ ਰਹੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਲੋਕ ਬਾਰਡਰਾਂ 'ਤੇ ਸ਼ਹਾਦਤਾਂ ਪਾਉਂਦੇ ਨੇ ਜਾਂ ਕੁਰਬਾਨੀ ਕਰਦੇ ਨੇ ਦੇਸ਼ ਲਈ ਜੋ ਲੜਦੇ ਨੇ ਉਹਨਾਂ ਦੀ ਗੱਲ ਘਰ ਘਰ ਹੋਵੇ ਔਰ ਇੰਡੀਆ ਦਾ ਬੱਚਾ ਬੱਚਾ ਜਿਹੜਾ ਆ ਉਹਨਾਂ ਦੀ ਗੱਲ ਕਰੇ
ਇਹਦੀ ਕੋਈ ਸਿਆਸਤ ਨਹੀਂ ਹੋ ਰਹੀ। ਛੇਵੇਂ ਗੇੜ ਦੀਆਂ ਜੋ ਵੋਟਾਂ ਪਈਆਂ ਨੇ ਇਹਨਾਂ ਦੇ ਵਿੱਚ ਦਿੱਲੀ ਸੀ, ਵੈਸਟ ਬੰਗਾਲ, ਯੂਪੀ, ਹਰਿਆਣਾ ਅਤੇ ਮੱਧ ਪ੍ਰਦੇਸ਼ ਸੀ। ਜੇ 2014 ਦੇ ਮੁਕਾਬਲੇ 'ਤੇ ਦੇਖੀਏ ਤਾਂ 4-5%, ਹਾਲਾਂਕਿ 15 ਕਰੋੜ ਜਿਹੜੀ ਆ ਨਵੀਂ ਨੌਜਵਾਨ ਪੀੜ੍ਹੀ ਦੀ ਜਿਹੜੀ ਵੋਟ ਵਧੀ ਹੈ, ਪਰ ਇੱਥੇ ਜਿਹੜਾ ਵੋਟ ਪਰਸੈਂਟ ਆ ਉਹ ਘਟਿਆ ਹੈਗਾ। ਦਿੱਲੀ ਦੇ ਵਿੱਚ 2014 ਸੀ ਉਸਦੇ ਵਿੱਚ 65% ਤੋਂ ਉੱਪਰ ਵੋਟਾਂ ਪੋਲ ਹੋਈਆਂ ਸਨ, ਅਤੇ ਇਸ ਵੇਲੇ ਜਿਹੜੀਆਂ 61% 4-4.5% ਜਿਹੜੀ ਵੋਟ ਘਟੀ ਹੈਗੀ ਆ। ਇਸੇ ਤਰ੍ਹਾਂ ਵੈਸਟ ਬੰਗਾਲ ਦੇ ਵਿੱਚ ਵੀ 4% ਘਟੀ ਹੈਗੀ ਆ, ਯੂਪੀ ਦੇ ਵਿੱਚ ਵੀ 5% ਜਿਹੜੀ ਵੋਟ ਘਟੀ ਹੈਗੀ ਆ, ਹਰਿਆਣੇ ਵਿੱਚ ਵੀ 4% ਵੋਟ ਘਟੀ ਹੈਗਾ, ਸਿਰਫ ਮੱਧ ਪ੍ਰਦੇਸ਼ ਆ ਜਿਹੜਾ ਉੱਥੇ 4.4 ਜਿਹੜੀ ਪਰਸੈਂਟ ਵੋਟ ਵਧੀ ਹੈਗੀ ਆ। ਇਸ ਦਾ ਇਹ ਵੀ ਮੰਨਿਆ ਜਾ ਰਿਹਾ ਕਿ ਜੋ ਉੱਥੇ ਦੀਆਂ ਸਰਕਾਰਾਂ ਜਾਂ ਲੋਕ ਉਹਨਾਂ ਦੇ ਨਾਲ ਨਾਰਾਜ਼ ਨੇ ਜਾਂ ਸੈਂਟਰ ਦੀ ਸਰਕਾਰ ਦੇ ਨਾਲ ਨਾਰਾਜ਼ ਨੇ, ਇਹ ਜਿਹੜੀ 4% ਪਰ ਵੋਟ ਜਿਹੜੀ ਆ ਉਹ ਬਿਲਕੁਲ ਪੋਲ ਨਹੀਂ ਹੋਏਗੀ ਆ। ਅਤੇ ਹਿੰਦੁਸਤਾਨ ਦੀਆਂ ਜੋ 541 ਸੀਟਾਂ ਉਹਨਾਂ ਦਾ ਜੋ ਫੈਸਲਾ ਆ ਉਹ ਵੀ ਜਿਹੜਾ ਕਰਨਾ ਹੈਗਾ, ਜਿਹੜੀ ਨਵੀਂ 15 ਕਰੋੜ ਵੋਟ ਬਣੀ ਆ ਯੂਥ ਦੀ, ਉਸ ਨੇ ਇਹ ਫੈਸਲਾ ਜਿਹੜਾ ਕਰਨਾ ਹੈਗਾ। ਬੰਗਾਲ ਦੇ ਵਿੱਚ ਬੜੇ ਫਸਾਦ ਹੋਏ ਨੇ, ਅਮਿਤ ਸ਼ਾਹ ਦੀ ਕੱਲ੍ਹ ਰੋਡ ਸ਼ੋਅ ਸੀ ਅਤੇ ਉਸਦੇ ਰੋਡ ਸ਼ੋਅ ਵੇਲੇ ਹੀ ਕਾਫੀ ਉੱਥੇ ਤ੍ਰਿਮਣ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਝੜਪਾਂ ਹੋਈਆਂ ਨੇ। ਉੱਥੇ ਇੱਕ ਕਾਲਜ ਹੈ ਜਿਹੜਾ ਕਲਕੱਤਾ ਯੂਨੀਵਰਸਿਟੀ ਦਾ, ਉਸਦੀ ਵੀ ਭੰਨ ਤੋੜ ਕੀਤੀ ਹੈਗੀ ਆ। ਈਸ਼ਵਰ ਚੰਦਰ ਵਿੱਦਿਆ ਸਾਗਰ ਦੀ ਜਾਂ ਉੱਥੇ ਸਟੈਚੂ ਲੱਗਾ ਹੋਇਆ ਹੈਗਾ ਅਤੇ ਉਸਦੀ ਭੰਨ ਤੋੜ ਕੀਤੀ। ਇਹ ਸਾਰਾ ਕੁਛ ਦੇਖਦਿਆਂ ਹੋਇਆ ਇਲੈਕਸ਼ਨ ਕਮਿਸ਼ਨ ਨੇ ਆਪਣਾ ਫੈਸਲਾ ਲੈਂਦਿਆਂ ਹੋਇਆ ਬੰਗਾਲ ਦਾ ਜਿਹੜਾ ਚੋਣ ਪ੍ਰਚਾਰ ਆ ਇੱਕ ਦਿਨ ਪਹਿਲਾਂ ਖਤਮ ਕਰ ਦਿੱਤਾ। ਅੱਜ ਸ਼ਾਮ ਨੂੰ ਖਤਮ ਹੋ ਜਾਣਾ, ਨਹੀਂ ਤਾਂ ਪੰਜਾਬ ਦੇ ਨਾਲ ਕੱਲ੍ਹ ਨੂੰ ਹੀ ਉਹ ਖਤਮ ਹੋਣਾ ਸੀ, ਪਰ ਉਹ ਅੱਜ ਹੋ ਗਿਆ। ਇਸ ਦੇ ਉੱਪਰ ਕਾਫੀ ਜਿਹੜੀ ਸਿਆਸਤ ਪੰਜਾਬ ਦੇ ਵਿੱਚ ਵੀ ਤਾਂ ਇੰਡੀਆ ਦੇ ਵਿੱਚ ਵੀ ਭੜਕੀ ਹੋਈ ਆ, ਕਿਉਂਕਿ ਪੰਜਾਬ ਦੀਆਂ ਚੋਣਾਂ ਵੀ ਅਖੀਰ 'ਚ ਨੇ, 13 ਸਟੇਟਾਂ ਆਪਣੇ ਸੀਟਾਂ ਦੀਆਂ, ਸਾਰੇ ਨੇਤਾ ਇਹ ਪੰਜਾਬ ਵੱਲ ਨੇ। ਈਵਨ ਮੋਦੀ ਤੋਂ ਲਾ ਕੇ ਰਾਜਨਾਥ ਸਿੰਘ ਅਤੇ ਫਿਰ ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ, ਇਹ ਸਾਰੇ ਜਿਹੜੇ ਪੰਜਾਬ ਦੀਆਂ ਗੇੜੀਆਂ ਮਾਰ ਰਹੇ, ਸਮ੍ਰਿਤੀ ਇਰਾਨੀ, ਹੇਮਾ ਮਾਲਿਨੀ, ਇਹ ਸਭ ਇੱਕ ਦੋ ਪੰਜਾਬ ਦੇ ਵਿੱਚ ਆ ਕੇ ਜਿਹੜਾ ਹੁਣ ਕੇਜਰੀਵਾਲ ਆਪਣੇ ਉਮੀਦਵਾਰਾਂ ਦਾ ਅਖੀਰਲੇ ਦੋਵਾਂ ਦਿਨਾਂ ਵਿੱਚ ਪ੍ਰਚਾਰ ਜਿਹੜਾ ਇਹ ਕਰ ਰਿਹਾ ਹੈਗਾ। ਅਤੇ ਕਾਂਗਰਸ ਪਾਰਟੀ ਦਾ ਜੋ ਇੰਡੀਅਨ ਓਵਰਸੀਜ਼ ਕਾਂਗਰਸ ਦਾ ਪ੍ਰਧਾਨ ਸੀ ਪਟਰੋਦਾ, ਸੈਮ ਪਟਰੋਦਾ, ਜਿਹੜਾ ਕਿ ਰਾਹੁਲ ਗਾਂਧੀ ਦਾ ਗੁਰੂ ਵੀ ਮੰਨਿਆ ਜਾ ਰਿਹਾ, ਉਸਨੇ ਸਿਆਸਤ ਸਿਖਾ ਲਈ ਹੈ ਰਾਹੁਲ ਗਾਂਧੀ ਨੂੰ ਸਿਖਾ ਰਿਹਾ ਹੈ। ਉਸਨੇ ਆਪਣੇ ਇੱਕ ਬਿਆਨ ਦੇ ਵਿੱਚ ਆਖਿਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ, 1984 ਬਾਰੇ ਜਦੋਂ ਪੁੱਛਿਆ ਗਿਆ ਤਾਂ ਉਸਨੇ ਆਖਿਆ ਕਿ ਹੂਆ ਤੋਂ ਹੂਆ, ਵੀ ਕਹਿਣ ਤੋਂ ਭਾਵ ਇੱਦਾਂ ਦੇ ਕੰਮ ਹੁੰਦੇ ਰਹਿੰਦੇ ਆ। 1984 'ਚ ਐਡੀ ਵੱਡੀ ਸਿੱਖਾਂ ਦੀ ਨਸਲ ਖੁਸ਼ੀ ਹੋਈ, ਪਰ ਇਸ ਕਾਂਗਰਸੀ ਜਿਹੜਾ ਪ੍ਰਧਾਨ ਸੀ ਉਸਦਾ ਇਹ ਆ। ਬਾਅਦ ਵਿੱਚ ਨੈਸ਼ਨਲ ਪੱਧਰ 'ਤੇ ਭਾਰਤ ਦੇ ਵਿੱਚ ਕਾਫੀ ਇਸਦੇ ਉੱਪਰ ਰੌਲਾ ਰੱਪਾ ਪਿਆ, ਸਾਰੀਆਂ ਪਾਰਟੀਆਂ ਨੇ ਕਾਂਗਰਸ ਦੀ ਚੰਗੀ ਤੋਏ ਤੋਏ ਵੀ ਕੀਤੀ। ਆਖਿਰ ਪਟਰੋਦਾ ਨੂੰ ਵੀ ਕਹਿਣਾ ਗਿਆ ਕਿ ਮੇਰੀ ਗਲਤ ਸ਼ਬਦਾਵਲੀ ਨਿਕਲੀ ਹੈ, ਰਾਹੁਲ ਗਾਂਧੀ ਨੇ ਉਸ ਨੂੰ ਮਾਫ਼ੀ ਮੰਗਣ ਵਾਸਤੇ ਵੀ ਕਿਹਾ ਇਸਦੇ ਉੱਪਰ ਜੋ ਗੱਲ ਸਾਰੀ ਹੋਈ ਹੈ। ਅਤੇ ਫਿਰ ਪੰਜਾਬ ਦੇ ਵਿੱਚ ਰਾਹੁਲ ਨੇ ਕਿਹਾ ਵੀ ਸਾਨੂੰ ਇਸਦੇ ਉੱਪਰ ਸ਼ਰਮਿੰਦਾ ਹੋਣਾ ਚਾਹੀਦਾ ਕਿ ਸਾਡੇ ਪਾਰਟੀ ਦੇ ਨੇਤਾ ਨੇ ਇਹੋ ਜਿਹਾ ਬਿਆਨ ਦਿੱਤਾ। ਪਰ ਵਿਰੋਧੀਆਂ ਦਾ ਕਹਿਣਾ ਕਿ ਇਹ ਕਾਂਗਰਸ ਦੀ ਸੋਚ ਹੈ, ਕਿਉਂਕਿ ਸੱਜਣ ਕੁਮਾਰ ਹੈ ਉਸ ਲਈ ਇਸ ਸਰਕਾਰ ਨੇ ਉਸਨੂੰ ਅੰਦਰ ਦਿੱਤਾ। ਜੇ ਕਾਂਗਰਸ ਦੀ ਸੋਚ ਨਹੀਂ ਤਾਂ ਪਟਰੋਦਾ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ? ਅਤੇ ਦੂਸਰੇ ਪਾਸੇ ਕਮਲਨਾਥ ਵਰਗੇ ਜਿਹੜੇ 84 ਜਿਨ੍ਹਾਂ ਦਾ ਨਾਮ ਬੋਲਦੇ ਆ, ਉਹ ਮੱਧ ਪ੍ਰਦੇਸ਼ ਦੇ ਜਿਹੜੇ ਆ ਮੁੱਖ ਮੰਤਰੀ ਜਿਹੜੇ ਬਣਾਏ ਹੋਏ ਨੇ। ਸੋ ਸਿੱਖ ਮੁੱਦਿਆਂ 'ਤੇ ਬੜੀ ਸਿਆਸਤ ਹੋ ਰਹੀ ਆ ਨੈਸ਼ਨਲ ਪੱਧਰ 'ਤੇ, ਕਿਉਂਕਿ ਦਿੱਲੀ, ਹਰਿਆਣਾ ਸਾਰੀਆਂ ਸਟੇਟਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਵੋਟ ਹੈਗੀ ਆ। ਅਤੇ ਇਸ ਤੋਂ ਅੱਗੇ ਪਾਕਿਸਤਾਨ ਨੇ ਚੋਣਾਂ ਕਰਕੇ ਹੀ ਥੋੜ੍ਹਾ ਐਲਾਨ ਕੀਤਾ ਕਿ ਜਿਹੜੀ ਸਾਡੀ ਸਪੇਸ ਹੈ ਉਹ 30 ਮਈ ਤੱਕ ਹਾਲੇ ਭਾਰਤੀ ਉਡਾਨਾਂ ਲਈ ਬੰਦ ਰਹੇਗੀ, ਕਿਉਂਕਿ ਨਵੀਂ ਸਰਕਾਰ ਆਏਗੀ ਉਸ ਦੇ ਨਾਲ ਜਿਹੜੀ ਆ ਗੱਲਬਾਤ ਹੋਏਗੀ, ਤਾਂ ਫਿਰ ਜਿਹੜੀ ਆ ਸਪੇਸ ਜਿਹੜੀ ਆ ਅੱਗੇ ਜਿਹੜੀ ਆ ਖੋਲ੍ਹੀ ਜਾਏਗੀ। ਅਤੇ ਆਪਾਂ ਨੂੰ ਪਤਾ ਕਿ ਪੰਜਾਬ ਦੇ ਵਿੱਚ ਪਿੰਡ ਹਤੋਆ ਹੈ ਮਲੇਰਕੋਟਲੇ ਦੇ ਲਾਗੇ, ਉੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ, ਪਾਲਕੀ ਅਤੇ ਰੁਮਾਲਿਆਂ ਨੂੰ ਨੁਕਸਾਨ ਹੋਇਆ, ਅਗਨ ਭੇਟ ਹੋਈਆਂ, ਅੱਗ ਲੱਗੀ ਹੈ, ਕਾਫੀ ਉਸਦੇ ਉੱਪਰ ਰੌਲਾ ਰੱਪਾ ਵੀ ਪਿਆ। ਆਖਿਰ ਹਾਲੇ ਕੋਈ ਸਿੱਟਾ ਤਾਂ ਨਹੀਂ, ਪਰ ਸਰਕਾਰ ਔਰ DG ਔਰ ਪੁਲਿਸ ਇਹ ਕਹਿ ਰਹੀ ਆ ਕਿ ਇਹ ਇੱਕ ਘਟਨਾ ਹੈ, ਬਿਜਲੀ ਦਾ ਜੋ ਕਨੈਕਸ਼ਨ ਹੈ ਉਹ ਇੱਧਰ ਉੱਧਰ ਹੋਇਆ, ਉਸਦੇ ਨਾਲ ਇਹ ਜਿਹੜੀ ਅਗਨੀ ਘਟਨਾ ਵਾਪਰੀ ਹੈਗੀ ਆ। ਇਸ ਦੇ ਪਿੱਛੇ ਸਾਰੀ ਕੀ ਗੱਲ ਹੈ ਉਹ ਬੜੀ ਖੋਜ ਦਾ ਇੱਕ ਹੈਗਾ ਮੁੱਦਾ, ਇਸ ਦੇ ਉੱਪਰ ਖੋਜ ਵੀ ਹੋਣੀ ਚਾਹੀਦੀ ਆ, ਕਿਉਂਕਿ ਉਹਨਾਂ ਆਖਿਆ ਕਿ ਬਾਹਰੋਂ ਅਸੀਂ ਮਾਹਰ ਲਿਆਉਂਦੇ ਨੇ, ਉਹਨਾਂ ਨੇ ਕਿਹਾ ਵੀ ਇਹ ਸਾਰੀ ਜਿਹੜੀ ਉਹਨਾਂ ਉੱਤੋਂ ਰਿਪੋਰਟ ਲੈ ਕੇ ਗੱਲ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਚੋਣਾਂ ਨੇ ਉੱਧਰ ਕਾਂਗਰਸ ਬਰਗਾੜੀ ਦਾ ਜਿਹੜਾ ਮੁੱਦਾ ਪੂਰਾ ਮੰਗਾਈ ਫਿਰਦੀ ਹੈਗੀ ਆ। ਅਤੇ ਬਰਗਾੜੀ ਦੇ ਵਿੱਚ ਰਾਹੁਲ ਗਾਂਧੀ ਵੀ ਕੱਲ੍ਹ ਆਇਆ ਹੈਗਾ ਅਤੇ ਉਸ ਨਾਲ ਵੀ ਆਪਣਾ ਭਾਸ਼ਣ ਦਿੱਤਾ ਹੈਗਾ। ਆਪਾਂ ਲੈ ਲਈਏ ਬ੍ਰੇਕ, ਬ੍ਰੇਕ ਤੋਂ ਆਪ ਜੀ ਨੂੰ ਬਾਅਦ ਫਿਰ ਮਿਲਦੇ ਹਾਂ।
ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ ਵੀਡੀਓਜ਼ ਕੈਚਅਪ ਟੀਵੀ ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਧਿਆ ਦਾ ਵੀ ਆਨੰਦ ਮਾਣ ਸਕਦੇ ਹੋ ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ ਬਰਗਾੜੀ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣਾ ਉੱਥੇ ਭਾਸ਼ਣ ਦਿੱਤਾ ਬਰਗਾੜੀ ਦੇ ਵਿੱਚ ਆ ਕੇ ਅਤੇ ਉਸਨੇ ਆਖਿਆ ਕਿ ਜਿਨ੍ਹਾਂ ਲੋਕਾਂ ਨੇ ਧਾਰਮਿਕ ਬੇਅਦਬੀ ਕੀਤੀ ਹੈ ਉਹ ਬਖਸ਼ੇ ਨੇ ਜਾਣੇ ਚਾਹੀਦੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪਰ ਉਹ ਪੱਤਰਕਾਰਾਂ ਦਾ ਜਵਾਬ ਦੇਣ ਤੋਂ ਦੌੜ ਗਏ ਜਦੋਂ ਪੱਤਰਕਾਰ ਇਹ ਪੁੱਛਣ ਦੀ ਗੱਲ ਕਰ ਰਹੇ ਸਨ ਕਿ ਸਿੱਖਾਂ ਦਾ ਨੁਕਸਾਨ 84 ਦੇ ਵਿੱਚ ਹਰਿਮੰਦਰ ਸਾਹਿਬ 'ਤੇ ਹਮਲਾ ਹੋਇਆ ਦਿੱਲੀ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਲੋਕਾਂ ਨੂੰ ਕਾਂਗਰਸ ਨੇ ਕਿਉਂ ਨਹੀਂ ਜਿਹੜੀ ਆ ਸਜ਼ਾ ਦਿੱਤੀ ਔਰ ਤੁਸੀਂ ਲੋਕ ਜਿਹੜੇ ਆ ਧਰਮ ਦੇ ਉੱਪਰ ਹੁਣ ਸਿਆਸਤ ਕਰ ਰਹੇ ਉਹ ਵੀ ਖਾਸ ਕਰ ਸਿੱਖ ਧਰਮ ਦੇ ਉੱਪਰ ਸਿਆਸਤ ਹੋ ਰਹੀ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਆਪਣੀ ਸਰਕਾਰ ਵਾਸਤੇ ਬਈ ਸਾਡੇ ਕੋਲ ਅਸੀਂ ਯਤਨ ਕਰ ਰਹੇ ਹਾਂ ਪਰ ਸਾਡਾ ਖਜ਼ਾਨਾ ਨਹੀਂ ਭਰ ਰਿਹਾ ਖਜ਼ਾਨਾ ਕਾਫੀ ਖਾਲੀ ਹੋ ਰਿਹਾ ਉਸਨੇ ਆਖਿਆ ਕਿ ਜੋ ਸਾਨੂੰ ਆਸ ਸੀ ਉਸ ਜਿੰਨੀ ਸਾਨੂੰ ਆਮਦਨ ਨਹੀਂ ਬਲਕਿ ਜਿਹੜਾ ਖਰਚਾ ਆ ਉਸ ਤੋਂ ਵੀ ਕਿਤੇ ਜਿਹੜਾ ਵੱਧ ਹੋ ਰਿਹਾ ਉਸਨੇ ਆਖਿਆ ਕਿ 2019 ਜੋ ਪਿਛਲਾ ਸਾਲ ਸੀ ਉਸ ਦੇ ਵਿੱਚ ਆਮਦਨ ਜਿਹੜੀ ਆ 73,222 ਕਰੋੜ ਦੀ ਜਿਹੜੀ ਪੰਜਾਬ ਨੂੰ ਹੋਈ ਆ ਟੋਟਲ ਅਤੇ ਪਿਛਲੇ ਸਾਲ ਜਿਹੜਾ GST ਉਸਨੇ ਆਖਿਆ ਵੀ 21,440 ਕਰੋੜ ਸਾਨੂੰ ਆਉਣਾ ਚਾਹੀਦਾ ਸੀ ਪਰ 13,000 ਕਰੋੜ ਦੇ ਕਰੀਬ ਆਇਆ ਇਹ ਫਰਕ ਹੈ 7-8,000 ਕਰੋੜ ਦਾ ਕਿਉਂ ਜਿੰਨੀ ਤੁਸੀਂ ਸਟੇਟ ਤੋਂ ਆਪਣਾ ਟੈਕਸ ਇਕੱਠਾ ਕਰਦੇ ਆ ਸੈਂਟਰ ਨੂੰ ਭੇਜਦੇ ਉਹ ਤੁਹਾਨੂੰ ਵਾਪਸ ਆਉਂਦਾ ਉਸਨੇ ਆਖਿਆ ਕਿ ਸਾਡੇ ਤੋਂ ਪੰਜਾਬ ਸਰਕਾਰ ਤੋਂ ਜਿਹੜਾ ਟੈਕਸ ਆ ਇਹ ਇਕੱਠਾ ਹੀ ਨਹੀਂ ਹੋਇਆ ਸਾਡੇ ਕੋਲ ਅਸੀਂ ਬਥੇਰੀ ਕੋਸ਼ਿਸ਼ ਕੀਤੀ ਆ ਇਹਦਾ ਮਤਲਬ ਪੰਜਾਬ ਦਾ ਜਿਹੜਾ ਵਿੱਤ ਮੰਤਰੀ ਕਮਜ਼ੋਰ ਹੈ ਪੰਜਾਬ ਦਾ ਜਿਹੜਾ ਮੰਤਰਾਲੇ ਦੇ ਅਫਸਰ ਉਹ ਕਮਜ਼ੋਰ ਨੇ ਜਿਹੜੇ ਕਿ ਟੈਕਸ ਨਹੀਂ ਇਕੱਠਾ ਕਰ ਰਹੇ ਇਹਦੇ ਉਲਟ ਸਰਕਾਰ ਦਾ ਜਿਹੜਾ ਮਾਲੀ ਆ ਆਬਕਾਰੀ ਦਾ ਜਿਹੜੀ ਸ਼ਰਾਬ ਦੇ ਠੇਕੇ ਉਹਦੇ ਉੱਪਰ ਵੀ 1,000 ਕਰੋੜ ਦੇ ਜਿਹੜੀ ਪੰਜਾਬ ਦੀ ਆਮਦਨ ਘਟੀ ਆ ਹਾਲਾਂਕਿ ਪੰਜਾਬ ਦੇ ਵਿੱਚ ਸ਼ਰਾਬ ਲੋਕ ਬਹੁਤ ਵੱਧ ਪੀਣ ਵਾਲੇ ਆ ਕਿਉਂਕਿ ਪੰਜਾਬ ਦੇ ਵਿੱਚ ਟੈਕਸ ਜ਼ਿਆਦਾ ਆਬਕਾਰੀ ਦਾ ਹਰਿਆਣਾ ਰਾਜਸਥਾਨ ਦੇ ਵਿੱਚ ਟੈਕਸ ਘੱਟ ਨੇ ਅਤੇ ਲੋਕ ਜਿਹੜਾ ਸ਼ਰਾਬ ਦੀਆਂ ਆਪਣੀਆਂ ਗੱਡੀਆਂ ਲੱਦ ਕੇ ਲਿਆਉਂਦੇ ਨੇ ਹਰਿਆਣੇ 'ਚੋਂ ਚੰਡੀਗੜ੍ਹ 'ਚੋਂ ਜਾਂ ਜਿਹੜੇ ਨਾਲ ਦੇ ਹੋਰ ਸੂਬੇ ਉੱਥੋਂ ਲਿਆਉਂਦੇ ਨੇ ਇਸ ਕਰਕੇ ਪੰਜਾਬ ਦੀ ਜਿਹੜੀ ਆ ਆਮਦਨ ਵੀ ਜਿਹੜੀ ਦਿਨੋਂ ਦਿਨ ਘੱਟਦੀ ਜਾ ਰਹੀ ਆ ਅਤੇ ਉਸਨੇ ਆਖਿਆ ਕਿ ਸਬਸਿਡੀ ਦੇ ਰਹੇ ਹਾਂ ਬੜਾ ਖਰਚਾ ਹੋ ਰਿਹਾ ਪਰ ਖਜ਼ਾਨਾ ਨਹੀਂ ਭਰਿਆ ਪੰਜਾਬ ਦੀ ਜਿਹੜੀ ਮਾਲੀ ਹਾਲਤ ਉਸਨੇ ਆਖਿਆ ਚੋਣਾਂ ਤੋਂ ਪਹਿਲਾਂ ਉਸਨੇ ਸਾਰੀ ਸਟੇਟਮੈਂਟ ਦਿੱਤੀ ਆ ਪੰਜਾਬ ਦੇ ਵੋਟਰ ਇਸ ਸੰਬੰਧੀ ਕੀ ਸੋਚਦੇ ਹੋਣਗੇ ਇਹ ਹੁਣ ਰਿਜ਼ਲਟਾਂ ਤੋਂ ਪਤਾ ਲੱਗੂਗਾ ਆਪਾਂ ਲੈ ਲਈਏ ਟੈਲੀਫੋਨ ਕਾਲ ਨਰਪਾਲ ਸਿੰਘ ਸ਼ੇਰਗਿੱਲ ਹੁਣੀ ਸਾਰੇ ਜੁੜੇ ਹੋਏ ਨੇ ਪੰਜਾਬ ਦੇ ਸਾਰੇ ਹਾਲਾਤਾਂ ਬਾਰੇ ਦੱਸਣਗੇ ਚੋਣ ਹੈਲੋ ਹੈਲੋ ਹਾਂਜੀ ਸ਼ੇਰਗਿੱਲ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਕਾਲ ਚੈਨਲ ਤੇ ਪੰਜਾਬ ਦਾ ਬੜਾ ਮੈਦਾਨ ਇਸ ਵੇਲੇ ਭਖਿਆ ਹੋਇਆ ਦੋ ਦਿਨ ਇਲੈਕਸ਼ਨਾਂ ਵਿੱਚ ਰਹਿ ਗਏ ਨੇ ਕਿਉਂਕਿ ਤੁਹਾਡੀ ਸੀਟ ਖਾਸ ਮਹੱਤਵ ਰੱਖਦੀ ਹੈ ਪਟਿਆਲਾ ਮੁੱਖ ਮੰਤਰੀ ਉੱਥੇ ਦਾ ਤੁਸੀਂ ਉੱਥੇ ਦੇ ਆਪਾਂ ਉੱਥੋਂ ਸ਼ੁਰੂ ਕਰ ਲਏ ਵੀ ਪੰਜਾਬ ਦੇ ਮੁੱਦੇ ਗਵਾਚੇ ਹੋਏ ਨੇ ਹੁਣ ਨਿੱਜੀ ਰੰਜਿਸ਼ਾਂ ਦੇ ਨਾਲ ਵੋਟਾਂ ਪੈ ਰਹੀਆਂ ਜਾਂ ਕਿਸ ਤਰ੍ਹਾਂ ਇਕੱਲੇ ਪਟਿਆਲੇ ਤੇ ਸੂਈ ਨਾ ਰੱਖੋ ਸਾਰੇ ਪੰਜਾਬ ਦੀ ਸਾਰੇ ਪੰਜਾਬ ਦੀ ਗੱਲ ਕਰੋ ਜੀ ਹਾਂਜੀ ਸਾਰੇ ਪੰਜਾਬ ਤੋਂ ਹੀ ਤੁਰ ਪਾਓ ਆਪਣਾ ਪਟਿਆਲੇ ਦਾ ਜਿਹੜਾ ਮੁੱਖ ਹੈ ਦੋਨੇ ਬੀਬੀ ਪ੍ਰਨੀਤ ਕੌਰ ਔਰ ਮੁੱਖ ਉਮੀਦਵਾਰ ਜਿਨ੍ਹਾਂ ਬਾਰੇ ਲੋਕਾਂ ਨੂੰ ਇਹ ਚਰਚਾ ਵੀ ਸਮਝੌਤਾ ਹੋਇਆ ਬੀਬੀ ਹਰਸਿਮਰਤ ਕੌਰ ਬਾਦਲ ਦੋਨਾਂ ਦੀਆਂ ਸੀਟਾਂ ਜਿਹੜੀਆਂ ਨੇ ਬਹੁਤ ਖਤਰੇ ਵਿੱਚ ਨੇ ਠੀਕ ਜੀ ਇਹ ਐ ਨੀ ਹੈ ਕਿ ਵੀ ਦੋਨੇ ਇਹ ਐਨ ਅੱਗੇ ਵਾਂਗ ਜਿਹੜਾ ਹੈ ਜਿੱਤ ਜਾਣਗੇ ਠੀਕ ਹੈ ਜੀ ਬਹੁਤ ਚੁਣੌਤੀ ਭਰਪੂਰ ਹੈ ਪਿਛਲੇ 3-4 ਦਿਨਾਂ ਤੋਂ ਕੇਂਦਰ ਦੇ ਸਾਰੇ ਆਗੂਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ 5 ਸਾਲ ਇਗਨੋਰ ਕੀਤਾ ਹੋਇਆ ਛੱਡਿਆ ਹੋਇਆ ਭੁੱਲਿਆ ਹੋਇਆ ਸੀ ਜੀ ਜੀ ਉਹ ਸਾਰੇ ਹੀ ਇਸ ਵੇਲੇ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਨੇ ਠੀਕ ਹੈ ਜੀ ਪੰਜਾਬ ਦੇ ਉਮੀਦਵਾਰਾਂ ਵੀ ਆਪਣੀ ਕੋਈ ਚੀਜ਼ ਜਿਹੜੀ ਆ ਸਥਾਨਕ ਲੋਕਾਂ ਦੇ ਸਹਿਯੋਗ ਦੇ ਨਾਲ ਜਾਂ ਆਪਣੇ ਪੰਜਾਬ ਦੇ ਬਾਰੇ ਕੋਈ ਗੱਲ ਨਹੀਂ ਕਰ ਰਹੇ ਉਹ ਵੀ ਇੱਕ ਦੂਜੇ ਦੇ ਉੱਤੇ ਨਿੰਦਿਆ ਕਰ ਰਹੇ ਨੇ ਕਾਂਗਰਸ ਜਿਹੜੀ ਹੈ ਮੋਦੀ ਨੂੰ ਨਿੰਦ ਰਹੀ ਹੈ ਮੋਦੀ ਜਿਹੜਾ ਹੈ ਰਾਹੁਲ ਗਾਂਧੀ ਨੂੰ ਨਿੰਦ ਰਿਹਾ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਇਸ ਵੇਲੇ 3 ਦਿਨ ਜਿਹੜਾ ਹੈ ਕੱਲ ਨੂੰ ਆਖਰੀ ਦਿਨ ਹੈ ਸੰਘਾ ਸਾਹਿਬ ਇਲੈਕਸ਼ਨ ਚੋਣ ਕਰਨ ਮੁਹਿੰਮ ਦਾ ਹਾਂਜੀ ਤੇ 19 ਤਾਰੀਖ ਨੂੰ ਵੋਟਾਂ ਨੇ ਤੇ 23 ਤਾਰੀਖ ਨੂੰ ਆਪਣੇ ਸਾਹਮਣੇ ਨਤੀਜੇ ਸਾਰੇ ਆ ਜਾਣਗੇ ਬਿਲਕੁਲ ਸਹੀ ਗੱਲ ਹੈ ਇਸ ਵੇਲੇ ਪਿਛਲੇ ਕੱਲ ਪਰਸੋਂ ਤੋਂ ਮੋਦੀ ਸਾਹਿਬ ਆਪਦੇ ਹਲਕਿਆਂ ਦੇ ਵਿੱਚ ਮੋਦੀ ਤੇ ਅਕਾਲੀ ਦਾ ਗੁੱਟਬੰਦੀ ਆ ਜਿਹੜੀ ਉੱਥੇ ਰੈਲੀਆਂ ਕਰ ਰਹੇ ਨੇ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਉਸ ਦੀ ਭੈਣ ਜਿਹੜੀ ਆ ਬੀਬੀ ਪ੍ਰਿਯੰਕਾ
ਗਾਂਧੀ ਬਾਡਰਾ ਉਹਨੇ ਨਵਾਂ ਹੀ ਐਲਾਨ ਕਰ ਦਿੱਤਾ ਕਿ ਉਹ ਤਾਂ ਪੰਜਾਬੀਆਂ ਦੀ ਨੂੰਹ ਹੈ ਤੇ ਉਹਦੇ ਹਸਬੈਂਡ ਬਾਡਰਾ ਜੀ ਜਿਹੜੇ ਨੇ ਉਹ ਪੰਜਾਬੀ ਨੇ। ਸ਼ੇਰਗਾ ਜੀ ਅੱਜ ਕੀ ਪੰਜਾਬ ਨੂੰ ਮਹੱਤਤਾ ਵਧੇਰੇ ਨੀ ਦੇ ਰਹੇ ਕਿ ਨਾਲੋਂ ਲੋੜ ਤੋਂ ਵੱਧ ਇਹ ਤਿੰਨ ਚਾਰ ਦਿਨਾਂ ਦੇ ਵਿੱਚ ਹੀ? ਹਾਂਜੀ ਪਹਿਲਾਂ ਨੀ, ਪਹਿਲਾਂ ਆਪਾਂ ਤਾਂ ਕਦੇ ਦੇਖੇ ਹੀ ਨਹੀਂ ਹੈਗੇ, ਅਸੀਂ ਵੀ ਉੱਥੇ ਜਾਂਦੇ ਹਾਂ, ਸਾਨੂੰ ਤਾਂ ਕੋਈ ਹਲਕੇ ਦਾ ਬੰਦਾ ਵੀ ਲੀਡਰ ਆ, ਕਿਉਂਕਿ ਸਾਰੇ ਸੈਂਟਰ ਦੇ ਲੀਡਰ ਹੀ ਪੰਜਾਬ 'ਚ ਸਣੇ ਫਿਲਮ ਸਟਾਰ ਉੱਥੇ ਘੁੰਮ ਰਹੇ ਨੇ ਪੰਜਾਬ 'ਚ ਹੁਣ ਇਸ ਵੇਲੇ। ਹਾਂਜੀ ਪਰ ਪਹਿਲਾਂ ਜਿਹੜੇ ਕੇਂਦਰੀ ਸੀਗੇ ਭਾਰਤੀ ਜਨਤਾ ਪਾਰਟੀ ਦੇ ਬੰਦੇ ਬੰਗਾਲ ਦੇ ਵਿੱਚ ਵੀ ਕਾਫੀ ਉਹਨਾਂ ਨੇ ਮੁਹਿੰਮ ਕੀਤੀ, ਪਰ ਬੰਗਾਲ ਦੇ ਵਿੱਚ ਕੱਲ ਜਿਹੜਾ ਹੈ ਹਿੰਸਕ ਵਾਰਦਾਤਾਂ ਹੋਣ ਦੇ ਕਾਰਨ ਇੱਕ ਦਿਨ ਪਹਿਲਾਂ ਜਿਹੜਾ ਹੈ ਉੱਥੇ ਚੋਣ ਮੁਹਿੰਮ ਬੰਦ ਕਰ ਦਿੱਤੀ ਜਾਵੇਗੀ। ਠੀਕ ਹੈ ਜੀ, ਅੱਜ ਉਹ ਹੋ ਜਾਏਗੀ। ਠੀਕ ਜੀ, ਹਾਂ ਪੰਜਾਬ ਦੇ ਵਿੱਚ ਸਿਚੁਏਸ਼ਨ ਇਹ ਹੈਗੀ ਆ ਕਿ ਜਿਹੜੇ ਮੁੱਖ ਕੈਂਡੀਡੇਟ ਜਿਹੜੇ ਆਮ ਆਪਾਂ ਲੋਕ ਕਹਿੰਦੇ ਹਾਂ ਉਹਨਾਂ ਨੂੰ ਬਹੁਤ ਵੱਡੀਆਂ ਚੁਣੌਤੀਆਂ ਨੇ, ਆਪਦੇ ਹਲਕੇ ਛੱਡ ਕੇ ਲੋਕ ਦੂਜੇ ਹਲਕਿਆਂ ਦੇ ਵਿੱਚ ਸਿਰਫ ਕਿਸੇ ਕੋਈ ਵੀ ਬੰਦਾ ਵਫਾਦਾਰੀ ਦਾ ਸਬੂਤ ਨਹੀਂ ਦੇ ਰਿਹਾ। ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਹੈਗਾ ਸਨੀ ਦਿਓਲ ਨੂੰ ਗੁਰਦਾਸਪੁਰ 'ਚ ਸੀਟ ਮਿਲੀ ਹੈ, ਪਰ ਉਹ ਅੱਜ ਜਿਹੜਾ ਹੈ ਰੋਡ ਸ਼ੋਅ ਕਰ ਰਿਹਾ ਹੈਗਾ ਉੱਥੇ ਆਪਣਾ ਬਠਿੰਡੇ ਉਹਦੇ ਬਠਿੰਡਾ ਹਲਕੇ ਦੇ ਵਿੱਚ। ਜੀ ਜੀ, ਤੇ ਇਸੇ ਤਰ੍ਹਾਂ ਹੀ ਭਗਵੰਤ ਮਾਨ ਜਿਹੜਾ ਹੈ ਉਹ ਆਪਣੇ ਸੰਗਰੂਰ ਦੇ ਹਲਕੇ ਦੇ ਵਿੱਚ ਲੋਕਾਂ ਦੇ ਚੋਣ ਪ੍ਰਚਾਰ ਛੱਡ ਕੇ ਉਹ ਹੋਰ ਪਾਸੇ ਜਾ ਕੇ ਅਨੰਦਪੁਰ ਸਾਹਿਬ ਦੇ ਵਿੱਚ ਜਿਹੜਾ ਹੈ ਚੋਣ ਮੁਹਿੰਮ ਕਰ ਰਿਹਾ, ਕਿਉਂਕਿ ਪਾਰਟੀ ਪ੍ਰਧਾਨ ਹੈ। ਸ਼ੇਰਗਾ ਜੀ, ਤੁਸੀਂ ਭਗਵੰਤ ਮਾਨ ਦੀ ਗੱਲ ਕੀਤੀ ਆ, ਪਰਮਿੰਦਰ ਸਿੰਘ ਢੀਂਡਸਾ ਦੀ ਉੱਥੇ ਕਿੱਦਾਂ ਦੀ ਪੋਜੀਸ਼ਨ ਮੁਕਾਬਲੇ ਵਿੱਚ ਆ ਗਿਆ? ਪਹਿਲਾਂ ਦੱਸਦੇ ਸੀ ਮੁਕਾਬਲੇ ਵਿੱਚ ਆ ਗਿਆ, ਯਾਨੀ ਇਸ ਤਰ੍ਹਾਂ ਨਹੀਂ ਹੈ ਵੀ ਜਿਸ ਤਰ੍ਹਾਂ ਪਿਛਲੀ ਵਾਰੀ ਸਭ ਤੋਂ ਵੱਧ 5 ਸਾਲ ਤੋਂ ਪਹਿਲਾਂ 2014 ਦੇ ਵਿੱਚ ਭਗਵੰਤ ਮਾਨ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕੀਤੀ ਅਤੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ। ਠੀਕ ਜੀ, ਇਸ ਵਾਰੀ ਓਨਾ ਫਰਕ ਨਹੀਂ ਹੈ ਕਿਉਂਕਿ ਉਹਦੀ ਥਾਂ ਦੇ ਉੱਤੇ ਉੱਥੇ 2 ਕੈਂਡੀਡੇਟ ਕਾਂਗਰਸ ਦੇ ਵਿੱਚ ਕੇਵਲ ਸਿੰਘ ਢਿੱਲੋਂ ਤੇ ਅਕਾਲੀਆਂ ਦੇ ਕੋਲ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਕਿ ਸਾਬਕਾ ਵਿੱਤ ਮੰਤਰੀ ਵੀ ਰਿਹਾ। ਇਸ ਕਰਕੇ ਉਹਨਾਂ ਦੇ ਪੂਰੀ ਚੁਣੌਤੀ ਵਾਲੀ ਗੱਲ ਆ, ਕੋਈ ਜਾਣੀ ਥਾਪੀ ਮਾਰ ਕੇ ਜਿੱਤਣ ਵਾਲੀ ਗੱਲ ਕਿਸੇ ਦੀ ਹੈ ਨਹੀਂ। ਇਸ ਤੋਂ ਅੱਗੇ ਗੁਰਦਾਸਪੁਰ ਚੱਲਦੇ, ਉੱਥੇ ਖਬਰ ਇਹ ਵੀ ਹੈ ਕਿ ਜਿਹੜੇ ਬਾਜਵਾ ਫੈਮਿਲੀ ਆ ਉਹ ਵਿੱਚੋਂ ਵਿੱਚ ਹੀ ਕੈਪਟਨ ਨੂੰ ਹਰਾਉਣਾ ਚਾਹੁੰਦੇ ਆ ਉੱਥੇ। ਹਾਂਜੀ ਉਹ ਤਾਂ ਦੇਖੋ ਮਾਫ ਕਰਨਾ, ਪਰ ਦੂਜੇ ਪਾਸੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਇੱਕ ਕਦਮ ਅੱਗੇ ਹੋ ਕੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਆਦਤ ਹੈ ਕਿ ਭਾਈ ਭਾਈ ਦਾ ਹੀ ਸ਼ਰੀਕ ਹੁੰਦਾ ਹੈਗਾ, ਉਹ ਦੋਨੇ ਬਾਜਵਾ ਨੂੰ ਜਿਹੜਾ ਹੈ ਪ੍ਰਤਾਪ ਸਿੰਘ ਬਾਜਵਾ ਤੇ ਦੂਸਰੇ ਉਹਨਾਂ ਦੇ ਬ੍ਰਦਰ ਨੂੰ ਛੱਡ ਕੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਿਹਦਾ ਭਰਾ ਇੱਥੇ ਵੀ ਕਸਟਮ ਅਫਸਰ ਹੁੰਦਾ ਸੀਗਾ, ਉਹ ਬੰਦਾ ਜਿਹੜਾ ਹੈ ਅੱਗੇ ਵੱਧ ਕੇ ਅਮਰਿੰਦਰ ਸਿੰਘ ਦੇ ਨਾਲ ਕੈਬਨਿਟ ਦੇ ਵਿੱਚ ਵੀ ਮੰਤਰੀ ਹੈ ਅਤੇ ਉਹ ਜ਼ਿਆਦਾ ਸਪੋਰਟ ਕਰ ਰਿਹਾ ਹੈ। ਸ਼ੇਰਗਾ ਜੀ, ਕੱਲ੍ਹ ਮੈਨੂੰ ਲੰਡਨ ਇੱਕ ਫੰਕਸ਼ਨ ਦੇ ਵਿੱਚ ਬਹੁਤ ਸਾਰੇ ਮੈਂ ਲੋਕਾਂ ਨੂੰ ਬਣਿਆ, ਖਾਸ ਕਰ ਉਹਨਾਂ ਦੇ ਖਾਸ ਆਪਣੇ ਜਿਹੜੇ ਆ ਲੋਕ ਖਾਸ ਘਰ ਦੇ ਜੀ ਚੋਣਾਂ ਦੇ ਵਿੱਚ ਖੜ੍ਹੇ ਨੇ, ਉਹ ਪੰਜਾਬ ਦੇ ਵਿੱਚ ਪ੍ਰਚਾਰ ਲਈ ਨਹੀਂ ਗਏ ਕੀ? ਐਤਕੀ ਜਿਹੜੇ ਵਿਦੇਸ਼ੀ ਸਿੱਖ ਨੇ ਜਾਂ ਪੰਜਾਬੀ ਉਹਨਾਂ 'ਚ ਇੰਨੀ ਰੁਚੀ ਨਹੀਂ ਹੈ ਕੀ? ਇਹ ਕੀ ਚੱਕਰ? ਰੁਚੀ ਨਹੀਂ ਹੈ ਜੀ, ਨਾਲੇ ਸਾਨੂੰ ਪੰਜਾਬ ਦੇ ਆਗੂਆਂ ਨੇ ਕੁਛ ਨਹੀਂ ਦਿੱਤਾ। ਮੈਂ ਤੇ ਤੁਸੀਂ ਆਪਾਂ ਸਭ ਤੋਂ ਜ਼ਿਆਦਾ ਚਰਚਿਤ ਵਿਅਕਤੀ ਹਾਂ, ਆਪਾਂ ਐਂ ਲੈ ਕੇ ਚੱਲੋ ਜੀ, ਆਪਾਂ ਹੁਣ ਜਾ ਕੇ ਪੰਜਾਬ ਦੇ ਵਿੱਚ ਵੀ ਜਾ ਕੇ ਆਏ ਹਾਂ। ਹਾਂਜੀ, ਪਹਿਲਾਂ ਅੱਜ ਤੋਂ 30 ਸਾਲ ਪਹਿਲਾਂ ਇਹਨਾਂ ਲੋਕਾਂ ਦੇ ਹਵਾਈ ਜਹਾਜ਼ ਤੋਂ ਉਤਰਦੇ ਹੋਏ ਪ੍ਰਵਾਸੀ ਪੰਜਾਬੀ ਜਿਹੜੇ ਨੇ ਗਲਾਂ 'ਚ ਹਾਰ ਪਾਉਂਦੇ ਹੁੰਦੇ ਸੀਗੇ। ਜੀ ਜੀ ਬਿਲਕੁਲ, ਹੁਣ ਕਦੇ ਵੀ ਇਹ ਐਤਕੀ ਤਾਂ ਇਹ ਵੋਟਾਂ ਮੰਗਣ ਕੀ ਤਾਂ ਕੀ ਪੈਸੇ ਮੰਗਣ ਵੀ ਨਹੀਂ ਗਏ। ਅੱਗੇ ਇਹ ਲੋਕ ਹੀ ਲੱਖਾਂ ਰੁਪਈਆ ਇੱਥੋਂ ਬਾਹਰੋਂ ਪੈਸੇ ਲੈ ਕੇ ਜਾਂਦੇ ਸੀਗੇ। ਹਾਂਜੀ, ਪਰ 2014 ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਵਾਲਿਆਂ ਨੇ ਜਦੋਂ ਬਦਲ ਕੀਤਾ ਤਾਂ ਉਸ ਵਜ੍ਹਾ ਤੋਂ ਕਾਂਗਰਸ ਅਤੇ ਅਕਾਲੀ ਉਹਨਾਂ ਤੋਂ ਦੂਰ ਹੋ ਗਏ ਨੇ। ਠੀਕ ਹੈ, ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਇੱਥੇ ਸਾਰੀਆਂ ਬ੍ਰਾਂਚਾਂ ਬੰਦ ਕਰ ਦਿੱਤੀਆਂ ਸੀ, ਇਸ ਕਰਕੇ ਜਿਹੜੇ ਉੱਥੇ ਦੇ ਹੁਣ ਆਗੂ ਨੇ ਉਹਨਾਂ ਦੇ ਨਾਲ ਕੋਈ ਬੰਦਾ ਉਹਨਾਂ ਦਾ ਭਰੋਸੇਯੋਗਤਾ ਹੈ ਨਹੀਂ। ਠੀਕ ਹੈ ਸ਼ੇਰਗਾ ਜੀ, ਹਾਂਜੀ ਆਖਿਰ ਦੇ ਵਿੱਚ 13 'ਚੋਂ ਤੁਹਾਡੀ ਕੀ ਰੇਸ਼ੋ ਆ? ਕਿਉਂਕਿ ਹੁਣ ਆਪਣਾ ਚੋਣਾਂ ਤੋਂ ਪਹਿਲਾਂ ਆਖਰੀ ਪ੍ਰੋਗਰਾਮ ਫਿਰ ਚੋਣਾਂ ਵਾਲੇ ਦਿਨ ਵੀ ਦੇਵਾਂਗੇ ਜਿੱਦਾਂ ਰਿਜ਼ਲਟ ਆਉਣੇ ਆ, ਕੀ 13 'ਚੋਂ ਕੀ ਰੇਸ਼ੋ ਆ, ਕੀ ਸੰਭਾਵਨਾ ਆ? ਹਾਂ, ਜਿਵੇਂ ਅਕਾਲੀ ਭਾਜਪਾ ਅਤੇ ਕਾਂਗਰਸ ਵਾਲੇ ਕਹਿੰਦੇ ਸੀ ਅਸੀਂ 13-13 ਹੀ ਜਿੱਤਾਂਗੇ, ਇਹੀ ਜੀ ਕੋਈ ਗੱਲ ਨਹੀਂ ਹੈਗੀ। ਜਿਹੜੀ ਵੀ ਸੀ ਜਿਹੜੇ ਵੀ ਬੰਦੇ ਨੇ ਅਕਾਲੀ ਭਾਜਪਾ ਔਰ ਕਾਂਗਰਸ ਵਾਲੇ ਅੱਧੀਆਂ ਅੱਧੀਆਂ ਸੀਟਾਂ ਜਿਹੜੀਆਂ ਨੇ ਲਗਭਗ ਲਿਜਾ ਸਕਦੇ ਨੇ, 5-5, 6-6 ਸੀਟਾਂ। ਸੋ ਜੋ ਇੰਡੀਆ ਦਾ ਨੈਸ਼ਨਲ ਮੀਡੀਆ ਉਹਦੇ ਜੋ ਸਰਵੇ ਹੋਏ ਪੰਜਾਬ 'ਚ ਐਨਡੀਏ ਨੂੰ 1-2 ਆਉਣੀਆਂ, ਗਲਤ ਹੋ ਜਾਏਗਾ ਸਾਰਾ ਉਹਨਾਂ ਦਾ ਸਰਵੇ ਪੰਜਾਬ 'ਚ? ਹਾਂ, ਉਹ ਸਰਵੇ ਤਾਂ ਜੀ ਤੁਸੀਂ ਪੈਸੇ ਦਿਓ ਅਖਬਾਰ ਦੇ ਫਰੰਟ ਦੇ ਉੱਤੇ, ਜਿਹੜੀ ਮਰਜ਼ੀ ਖਬਰ ਲਵਾ ਲਓ, ਅੱਜ ਠੀਕ ਹੈ ਜੀ ਪੇਡ ਨਿਊਜ਼ ਚੱਲਦੀਆਂ ਨੇ, ਪੇਡ ਮੀਡੀਆ ਚੱਲਦਾ ਹੈ। ਬੀਬੀ ਜਿਹੜੀ ਆ ਖਡੂਰ ਸਾਹਿਬ ਤੋਂ ਡਿੰਪਾ
ਔਰ ਬੀਬੀ ਖਾਲੜਾ ਦੇ ਵਿਚਕਾਰ ਪੂਰੀ ਜਿਹੜੀ ਮੁਕਾਬਲਾ ਹੈ, ਔਰ ਤੀਜੇ ਅਕਾਲੀ ਭਾਜਪਾ ਜਿਹੜਾ ਕਿ ਪਹਿਲਾਂ 10 ਸਾਲ ਸਰਕਾਰ ਚਲਾਉਂਦਾ ਰਿਹਾ ਉਹਦੀ ਉਮੀਦਵਾਰ ਬੀਬੀ ਜਗੀਰ ਕੌਰ ਤੀਜੇ ਹਿੱਸੇ 'ਚ ਤੀਜੇ ਥਾਂ 'ਤੇ ਖੜੀ ਆ। ਹੁਣ ਇਹ ਦੱਸ ਰਹੇ ਮੁਕਾਬਲਾ ਬੀਬੀਆਂ 'ਚ ਹੋ ਗਿਆ ਖਡੂਰ ਸਾਹਿਬ, ਜੋ ਕੱਲ੍ਹ ਪਰਸੋਂ ਦੀ ਖਬਰ ਆ। ਨਹੀਂ ਪਰ ਡਿੰਪੇ ਦੇ ਨਹੀਂ, ਕਿਉਂਕਿ ਕਾਂਗਰਸ ਦੀ ਸਰਕਾਰ ਹੈ ਜੀ, ਕਾਂਗਰਸ ਬਿਲਕੁਲ ਬਿਲਕੁਲ ਉਹਨਾਂ ਨੂੰ ਇਹ ਲਾਲਚ ਦੇ ਸਕਦੀ ਆ। ਬਹੁਤ ਬਹੁਤ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਸ਼ੇਰ ਕਰਨ ਦੀ, ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀ ਮਿਲੇ, ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ। ਠੀਕ, ਬਹੁਤ ਮਿਹਰਬਾਨੀ ਤੁਹਾਡੀ, ਧੰਨਵਾਦ ਜੀ ਜੀ ਆਇਆਂ ਨੂੰ। ਸ਼ੇਰ ਗੱਲ ਹੋਣੀ ਸਾਰੀ ਇਹ ਜਾਣਕਾਰੀ ਦਿੱਤੀ ਹੈ। ਪੰਜਾਬ ਦੀਆਂ 13 ਜਿਹੜੀਆਂ ਲੋਕ ਸਭਾਵਾਂ ਸੀਟਾਂ ਨੇ ਉਸਦੇ ਉੱਪਰ 5 ਜਿਹੜੇ ਪਾਰਟੀਆਂ ਦੇ ਪ੍ਰਧਾਨ ਖੜ੍ਹੇ ਨੇ, ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੈ, ਸਿਮਰਜੀਤ ਸਿੰਘ ਮਾਨ ਹੈ, ਸੁਖਪਾਲ ਸਿੰਘ ਖਹਿਰਾ ਹੈ, ਭਗਵੰਤ ਮਾਨ ਹੈ ਅਤੇ ਲੁਧਿਆਣੇ ਤੋਂ ਬੈਂਸ ਨੇ। ਅਤੇ ਪੰਜਾਬ ਦੀ ਜਿਹੜੀ ਟੋਟਲ ਵੋਟ ਆ 2,90,02,674 ਵੋਟਾਂ ਨੇ, ਔਰ ਇਹ 13 ਹਲਕਿਆਂ ਦੇ ਵਿੱਚ ਪੈਣੀਆਂ ਨੇ। 65% ਪੈਂਦੀਆਂ ਜਾਂ 70% ਪੈਂਦੀਆਂ ਜਾਂ 60 'ਤੇ ਰਹਿ ਜਾਂਦੀਆਂ, ਇਹ ਹੁਣ ਸੈਚਰਡੇ ਨੂੰ ਪਤਾ ਲੱਗੇਗਾ। ਔਰ 23,213 ਜਿਹੜੇ ਬੂਥ ਨੇ ਪੰਜਾਬ ਦੇ ਜਿੱਥੇ ਇਹ ਜਿਹੜੀਆਂ ਵੋਟਾਂ ਪੈਣੀਆਂ ਹੈਗੀਆਂ। ਦੁਆਬੇ ਦੇ ਵਿੱਚ ਖਾਸ ਕਰ ਜਲੰਧਰ ਦੀ ਸੀਟ ਨੂੰ ਸਭ ਤੋਂ ਵੱਡਾ ਖਤਰਾ ਕਰ ਦਿੱਤਾ ਪੈਦਾ ਬਹੁਜਨ ਸਮਾਜ ਪਾਰਟੀ ਨੇ। ਇਸ ਵੇਲੇ ਜੋ ਪਛੜੀ ਸ਼੍ਰੇਣੀ ਦੀ ਵੋਟ ਸੀ ਜਿਹੜੀ ਕਿ ਕਾਂਗਰਸ ਨੂੰ ਚਲੀ ਗਈ ਸੀ ਅੱਜ ਤੋਂ 8-7 ਸਾਲ ਪਹਿਲਾਂ, 7-8-9% ਦੁਆਬੇ ਦੇ ਵਿੱਚ ਉਹ ਮੁੜ ਜਿਹੜੀ ਆ ਲਾਮਬੰਦ ਹੋ ਕੇ ਬਹੁਜਨ ਸਮਾਜ ਪਾਰਟੀ ਦੇ ਮਗਰ ਜਿਹੜੀ ਆ ਤੋਰ ਰਹੀ ਆ। ਜਿੰਨੀ ਬਹੁਜਨ ਸਮਾਜ ਪਾਰਟੀ ਦੀ ਵੋਟ ਵਧੇਗੀ ਉਨੀ ਕਾਂਗਰਸ ਦੀ ਜਿਹੜੀ ਵੋਟ ਆ ਘਟੇਗੀ। ਤਾਂ ਇਸ ਦੇ ਨਾਲ ਚੌਧਰੀ ਸੰਤੋਖ ਸਿੰਘ ਨੂੰ ਵੀ ਖਤਰੇ ਦੀ ਘੰਟੀ ਹੋ ਸਕਦੀ ਆ। ਹਾਲੇ ਭਾਵਾਂ ਕਿ ਇਹ ਮੰਨਿਆ ਜਾ ਰਿਹਾ ਕਿ ਚੌਧਰੀ ਸੰਤੋਖ ਸਿੰਘ ਜਿਹੜਾ ਆ ਥੋੜ੍ਹਾ ਜਿਹਾ ਚਰਨਜੀਤ ਸਿੰਘ ਅਟਵਾਲ ਤੋਂ ਅੱਗੇ ਹੈ, ਪਰ ਅਗਰ ਮਿਹਨਤ ਇਸ ਤਰ੍ਹਾਂ ਚੱਲਦੀ ਰਹੀ ਬਹੁਜਨ ਸਮਾਜ ਪਾਰਟੀ ਦੀ ਤਾਂ ਫਿਰ ਉਸਦੇ ਵਾਸਤੇ ਵੀ ਜਿਹੜੀ ਆ ਕਾਫੀ ਖਤਰੇ ਦੀ ਜਿਹੜੀ ਇਹ ਘੰਟੀ ਹੋਵੇਗੀ। ਅਤੇ ਕੈਪਟਨ ਨੇ ਗੁਰਦਾਸਪੁਰ ਦੇ ਵਿੱਚ ਸੁਨੀਲ ਜਾਖੜ ਨੂੰ ਅਗਲਾ ਮੁੱਖ ਮੰਤਰੀ ਡਿਕਲੇਅਰ ਕਰਕੇ ਪੰਜਾਬ ਦਾ ਨਵਾਂ ਬਵਾਲ ਛੇੜ ਦਿੱਤਾ ਹੈਗਾ। ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਜਿਹੜਾ ਕਾਫੀ ਔਖਾ ਹੈ ਕੈਪਟਨ ਤੋਂ, ਅਤੇ ਇਹਨਾਂ ਦੀ ਆਪਸ ਵਿੱਚ ਕਾਫੀ ਖਿੱਚੋਤਾਨ ਵੀ ਹੈ। ਹਾਲਾਂਕਿ ਸਿੱਧੂ ਨੂੰ ਪੰਜਾਬ ਦੀ ਜੋ ਕਾਂਗਰਸ ਕਮੇਟੀ ਹੈ ਪ੍ਰਧਾਨ ਅਤੇ ਦੂਸਰੇ ਨੂੰ ਨਹੀਂ ਪ੍ਰਚਾਰ ਲਈ ਨਹੀਂ ਸੱਦਿਆ ਸੀ, ਪਰ ਉੱਪਰੋਂ ਡੰਡਾ ਦੇਖਦਿਆਂ ਪ੍ਰਿਅੰਕਾ ਦੇ ਨਾਲ ਉਹ ਹੁਣ ਪਠਾਨਕੋਟ ਦੇ ਵਿੱਚ ਵੀ ਪ੍ਰਚਾਰ ਕਰਕੇ ਗਿਆ, ਅਤੇ ਹੋ ਸਕਦਾ ਬਠਿੰਡੇ ਦੇ ਵਿੱਚ ਵੀ ਆ ਕੇ ਉਹ ਪ੍ਰਚਾਰ ਜਿਹੜਾ ਇਹ ਕਰੇ। ਅਤੇ ਆਮ ਆਦਮੀ ਪਾਰਟੀ ਜਿਹੜੀ ਆ ਖੁਰਦੀ ਖੁਰ ਗਈ, ਉਸਦਾ ਆਪਣਾ ਜਿਹੜਾ ਆ ਕਰਪਸ਼ਨ ਵਿੰਗ ਦਾ ਜਿਹੜਾ ਮੁਖੀ ਸੀ ਡਾਕਟਰ ਹਰਨੇਕ ਸਿੰਘ ਸਿੱਧੂ IAS, ਉਹ ਵੀ ਜਿਹੜਾ ਇਸ ਨੂੰ ਅਲਵਿਦਾ ਆਖ ਦਿੱਤਾ। ਉਸਨੇ ਆਖਿਆ ਕਿ ਬੜਾ ਕਰਪਸ਼ਨ ਹੈ ਆਮ ਆਦਮੀ ਪਾਰਟੀ ਦੇ ਵਿੱਚ, ਅਸੀਂ ਇਸ ਦੇ ਵਿੱਚ ਨਹੀਂ ਰਹਿ ਸਕਦੇ। ਇਹ ਸਨ ਇਸ ਹਫ਼ਤੇ ਦੀਆਂ ਕੁਝ ਸਿਆਸੀ ਖਬਰਾਂ ਜਿਨ੍ਹਾਂ ਦੇ ਉੱਪਰ ਨਿਗਾਹ ਹੈ। ਤੁਸੀਂ ਵੀ ਆਪਣਾ ਅਨੁਮਾਨ ਲਾਇਓ, ਫੋਨ ਕਰਕੇ ਦੱਸਿਓ ਕਿਸੇ ਵੇਲੇ ਵੀ ਕਿੰਨੀਆਂ ਸੀਟਾਂ ਦਿੰਦੇ ਨੇ। ਅਗਲੇ ਦਿਨਾਂ ਵਿੱਚ ਪ੍ਰੋਗਰਾਮ 2-4 ਜ਼ਰੂਰ ਚੈਨਲ 'ਤੇ ਹੁੰਦੇ ਰਹਿੰਦੇ ਨੇ, ਅਸੀਂ ਵੀ ਕਰਾਂਗੇ, ਪਤਾ ਲੱਗ ਜਾਂਦਾ। ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਤੁਸੀਂ ਅਕਾਲ ਚੈਨਲ ਨੂੰ ਕਿਸੇ ਵੀ ਸਮੇਂ ਕਿਸੇ ਵੀ ਥਾਂ ਤੇ ਦੇਖ ਸਕਦੇ ਹੋ, ਉਹ ਵੀ ਅਕਾਲ ਚੈਨਲ ਦੀ ਐਪ ਦੇ ਜ਼ਰੀਏ, ਜਿਸ ਦੇ ਵਿੱਚ ਲਾਈਵ ਟੀਵੀ ਪ੍ਰੋਗਰਾਮ, ਵੀਡੀਓਜ਼, ਕੈਚਅਪ ਟੀਵੀ, ਅਕਾਲ ਰੇਡੀਓ ਅਤੇ ਨੋਟਿਸ ਦੇ ਵਿੱਚ ਸਾਰੇ ਪ੍ਰੋਗਰਾਮਾਂ ਦਾ ਵੇਰਵਾ ਮੌਜੂਦ ਹੈ। ਤੁਸੀਂ ਇਸ ਐਪ ਦੇ ਜ਼ਰੀਏ ਗੁਰਬਾਣੀ ਸੰਥਿਆ ਦਾ ਵੀ ਆਨੰਦ ਮਾਣ ਸਕਦੇ ਹੋ। ਅਕਾਲ ਚੈਨਲ ਦੀ ਐਪ ਨੂੰ ਹੁਣੇ ਡਾਊਨਲੋਡ ਕਰੋ ਗੂਗਲ ਪਲੇ ਸਟੋਰ ਅਤੇ ਐਪ ਸਟੋਰ ਦੇ ਵਿੱਚੋਂ। ਵਰਲਡ ਨੰਬਰ 1 ਸਿੱਖ ਮੀਡੀਆ ਚੈਨਲ ਅਕਾਲ ਚੈਨਲ।